नवी नवी अपडेट्स ले साडा चैनल सब्सक्राइब करो ते अच्छा सुनो घंटी बजाना ना भूलियो ताकि थोड़े फोन दी भी घंटी बजे। ओ जी ते भज रहा ओए ओ की होया अद्धी छुट्टी सारी ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਬਿਪਨ ਜੋਸ਼ੀ। ਆ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਨੰਨੇ ਮੁੰਨੇ ਬੱਚੇ ਕਿਵੇਂ ਹੱਸ ਰਹੇ ਨੇ। ਅੱਜ ਇਹਨਾਂ ਦੇ ਸਕੂਲ 'ਚ ਆ ਕੇ ਮੈਂ ਇਹਨਾਂ ਨੂੰ ਕਰਾਈ ਹੈ ਜੀ ਛੁੱਟੀ, ਕਿਉਂਕਿ ਅੱਜ ਆਪਾਂ ਇਹਨਾਂ ਦਾ ਸਕੂਲ 'ਚ ਪ੍ਰੋਗਰਾਮ ਕਰਾਂਗੇ ਆਪਣਾ। ਬੇਟੇ ਆਪਣੇ ਪ੍ਰੋਗਰਾਮ ਦਾ ਨਾਮ ਪਤਾ ਕੀ ਹੈ? ਹਾਂਜੀ, ਆਪਣੇ ਸ਼ੋਅ ਦਾ ਨਾਮ ਅੱਧੀ ਛੁੱਟੀ ਸਾਰੀ। ਅੱਜ ਪਹੁੰਚੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ, ਜੋ ਕਿ ਪੈਂਦਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ। ਸੋ ਬੱਚਿਆਂ ਨਾਲ ਗੱਲਾਂ ਬਾਤਾਂ ਕਰਾਂਗੇ, ਰੌਣਕਾਂ ਲਾਵਾਂਗੇ ਪੂਰੀਆਂ, ਮੌਸਮ ਸੋਹਣਾ ਹੋ ਰਿਹਾ। ਸੋ ਚੱਲੀਏ ਸਕੂਲ ਦੇ ਵਿੱਚ। ਜੀ ਮੈਂ ਤੁਹਾਡਾ ਆਪਣਾ ਬਿਪਨ ਜੋਸ਼ੀ। ਅੱਜ ਅਸੀਂ ਰੌਣਕਾਂ ਲਾਉਣ ਲਈ ਪਹੁੰਚਿਆ ਜੀ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ, ਜੋ ਕਿ ਪੈਂਦਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ। ਸੋ ਬੱਚੇ ਬੜੇ ਪਿਆਰੇ ਨੇ ਜੀ, ਪਿਆਰੀਆਂ ਪਿਆਰੀਆਂ ਡਰੈੱਸਾਂ, ਕਿਸੇ ਦੇ ਪੀਲੀ, ਕਿਸੇ ਦੇ ਲਾਲ, ਕਿਸੇ ਦੇ ਹਰੀ, ਕਿਸੇ ਦੇ ਨੀਲੀ, ਇੱਧਰ ਵੀ। ਸੋ ਗੱਲਬਾਤ ਸਟਾਰਟ ਕਰਦੇ, ਆਪਾਂ ਕਰੀਏ ਸ਼ੁਰੂ। ਪਹਿਲਾਂ ਉੱਚੀ ਦੇ ਨਿਆਂ ਦੱਸੋ ਆਪਣੇ ਸ਼ੋਅ ਦਾ ਨਾਮ ਕੀ ਹੈ? ਹਾਂਜੀ, ਆਪਣੇ ਸ਼ੋਅ ਦਾ ਨਾਮ ਅੱਧੀ ਛੁੱਟੀ ਸਾਰੀ ਹੈ। ਹਰ ਸ਼ੁੱਕਰਵਾਰ ਨੂੰ 8 ਵਜੇ MH1 ਚੈਨਲ 'ਤੇ ਚੱਲਦਾ ਹੁੰਦਾ। ਸੋ ਜ਼ਰੂਰ ਦੇਖਿਆ ਕਰੋ, ਇੰਜੋਏ ਕਰਿਆ ਕਰੋ, ਕਿਉਂਕਿ ਡਿਪਰੈਸ਼ਨ 'ਚ ਤਾਂ ਵੈਸੇ ਹੀ ਬਥੇਰੇ ਤੁਰੇ ਫਿਰਦੇ ਨੇ, ਤੁਸੀਂ ਨਜ਼ਾਰੇ ਲਿਆ ਕਰੋ। ਸਭ ਤੋਂ ਪਹਿਲਾਂ ਕਿਹੜਾ ਆਊਗਾ? ਮੈਂ ਆਉਂ ਜੀ ਕਹਿੰਦਾ। ਨਾਮ ਕੀ ਹੈ? ਉਤਸਵ ਗੋਇਲ। ਉਤਸਵ ਗੋਇਲ, ਓਕੇ। ਕਿਹੜੀ ਕਲਾਸ 'ਚ? ਛੇਵੀਂ। ਛਿੰਗ ਛੇਵੀਂ ਛੇਵੀਂ ਸਿਕਸਥ ਬੇਟਾ, ਸਿਕਸਥ ਅੰਗਰੇਜ਼ੀ 'ਚ ਸਿਕਸਥ ਮੇ ਫਲਾਵਰ। ਆ ਲੈ ਹੁਣ ਮੇ ਫਲਾਵਰ ਹੀ ਆਪਦੀ ਗੁਣ ਦੱਸਦਾ ਨੇ, ਪਹਿਲਾਂ ਇਕੱਲੇ ਛੇਵੀਂ, ਹੁਣ ਸਿਕਸਥ ਮੈਂ ਫੋਰ। ਅੱਛਾ, ਕੀ ਕਰਕੇ ਦਿਖਾਓਗੇ? ਮੈਂ ਚੁਟਕਲੇ ਸੁਣਾਉਂਗਾ ਜੀ। ਕਿੰਨੇ? ਦੋ। ਅੰਦੋ? ਦੋ ਕ। ਦੋ ਕ? ਹਾਂ। ਦੋ ਕੇ? ਦੋ ਕੇ 2000 ਹੁੰਦਾ ਪਤਾ ਤੈਨੂੰ? ਆ ਜਿਹੜੇ ਇੰਸਟਾਗ੍ਰਾਮ ਪਰ ਚਲਾਉਂਦੇ ਉਹਨਾਂ ਨੂੰ ਪਤਾ ਕਿ 2000 ਦਾ ਕਿੰਨਾ ਫਾਇਦਾ ਹੁੰਦਾ। ਹਾਂਜੀ, ਤੇ ਆਉਣ ਦੋ ਬੇਟਾ। ਵੀ ਇੱਕ ਸ਼ਰਾਬੀ ਕਾਰ ਚਲਾ ਰਿਹਾ ਹੁੰਦਾ। ਇੱਕ ਸ਼ਰਾਬੀ ਕਾਰ ਚਲਾ ਰਿਹਾ, ਹੁਣ ਧਿਆਨ ਨਾਲ ਸੁਣਿਓ। ਉਹਦਾ ਦੋਸਤ ਨਾਲ ਬੈਠਾ ਹੁੰਦਾ, ਉਹਨੇ ਸ਼ਰਾਬ ਨਹੀਂ ਪੀਤੀ ਹੁੰਦੀ। ਦੋਸਤ ਨੇ? ਹਾਂ, ਇੱਕ ਬੈਠਾ ਇਕੱਲਾ। ਉਹ ਕਹਿੰਦਾ ਵੀ ਤੈਨੂੰ ਸ਼ਰਾਬ ਪੀਏ, ਮੜ ਕੇ ਗੱਡੀ ਧਿਆਨ ਨਾਲ ਚਲਾਈ। ਉਹ ਕਹਿੰਦਾ ਕੋਈ ਗੱਲ ਨਹੀਂ, ਮੇਰੇ ਤੇ ਬਾਬੇ ਦਾ ਹੱਥ ਹੈ, ਮੈਨੂੰ ਕੁਛ ਨਹੀਂ ਹੋ ਸਕਦਾ। ਉਹ ਜਿਹੜੇ ਦੋਸਤ ਕਹਿੰਦੇ, ਉਹ ਕਹਿੰਦਾ ਵੀ ਕੰਜਰਾ ਬਾਬੇ ਦਾ ਸਿਰ ਤਾਂ ਹੱਥ ਦਾ ਤੇਰੇ ਸਿਰ ਤੇ ਹੈ, ਮੇਰੇ ਸਿਰ ਤੇ ਤਾਂ ਨਹੀਂ ਹੈਗਾ। ਹੋਰ ਹੋਰ ਚੁਟਕਲਾ। ਸਾਰੀਆਂ ਸੱਸਾਂ ਮਰ ਜਾਂਦੀਆਂ ਨੇ, ਫਿਰ ਸਾਰੀਆਂ ਨੂੰਹਾਂ ਰੋਣ ਲੱਗ ਜਾਂਦੀਆਂ ਨੇ। ਫਿਰ 10 ਮਿੰਟ ਬਾਅਦ ਰੋਣ ਤੋਂ ਬਾਅਦ ਕਹਿੰਦੀਆਂ ਨੇ ਚੱਲ ਛੱਡ ਪਖੰਡ ਹੁਣ। ਉਦੋਂ ਬਾਅਦ ਫਿਰ ਇੱਕ ਨੂੰ ਬਾਹਲੀ ਰੋ ਜਾਂਦੀ ਹੁੰਦੀ ਹੈ। ਉਹ ਸਾਰੀਆਂ ਕਹਿੰਦੀ ਵੀ ਤੈਨੂੰ ਦਾਦਾ ਆਪਣੀ ਸੱਸ ਨਾਲ ਨਾ ਬਾਹਲਾ ਪਿਆਰ ਹੋਣਾ ਹੈ। ਫਿਰ ਉਹ ਕਹਿੰਦੀ ਨਹੀਂ ਯਾਰ, ਮੇਰੀ ਸੱਸ ਤਾਂ ਅੱਜ ਇਸ ਅਵਸਥਾ 'ਚ ਆਈ ਹੋਈ ਨਹੀਂ ਸੀ। ਆ ਬਾਤ ਆਈ ਗਿਆ, ਉਹ ਤਾਂ ਹੋਰ ਆਉਣ ਦੇ, ਇੱਕ ਅੱਧਾ ਆਊਗਾ, ਨਿਕਲੂਗਾ ਪੂਰਾ ਭਰਿਆ ਹੋਇਆ ਚੁਟਕਲਿਆਂ ਦਾ ਇਹ। ਇੱਕ ਪਰੌਣਾ ਆਪਦੇ ਸਹੁਰੇ ਘਰ ਆਉਂਦਾ, ਉੱਥੇ ਜਿਹੜਾ ਉਹਦਾ ਸਹੁਰਾ ਹੁੰਦਾ, ਉਹ ਕਹਿੰਦਾ ਵੀ ਦੇਖ ਲੈ ਮੈਂ ਤੈਨੂੰ ਆਪਦੀ ਕੁੜੀ ਦਿੱਤੀ ਆ 1,00,000 ਰੁਪਇਆ ਦੀ। ਉਹ ਕਹਿੰਦੇ ਤੁਸੀਂ ਉਹ ਗੱਲ ਛੱਡੋ, ਤੁਸੀਂ ਐਸੋ ਵਾਪਸ ਕਿੰਨੇ ਚਲਾਉਂਗੇ। ਇਸ ਬੱਚੇ ਨੂੰ ਮਿਲਦਾ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ। ਆਹ ਲਓ ਜੀ ਬੇਟੇ, ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ। ਓਕੇ, ਥੈਂਕ ਯੂ, ਥੈਂਕ ਯੂ। ਜ਼ੋਰਦਾਰ ਤਾੜੀ ਇਸ ਬੱਚੇ ਲਈ। ਕਿਆ ਬਾਤ ਆ ਜੀ, ਕਿਆ ਬਾਤ ਆ, ਹੁਣ ਬਣੀ ਨਾ ਗੱਲ। ਹਾਈ ਧੜਕਣ ਦੇਖ ਕੇ ਜੀ ਕਿੰਨੀ ਤੇਜ਼ ਚੱਲ ਰਹੀ ਹੈ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 9th ਬਬਲ। ਹੈ ਦਿਲ ਚ ਵਸਾਇਆ ਸਿਰ ਚੜ ਬੈਠ ਗਈ, ਪਿਆਰ ਕਾਦਾ ਕੱਬ ਜਾਹੀ ਘਰ ਬੈਠ ਗਈ। ਦਿਲ 'ਚ ਵਸਾਇਆ ਸਿਰ ਝੜ ਬੈਠ ਗਈ, ਪਿਆਰ ਕਾਦਾ ਕੱਬ ਜਾਹੀ ਘਰ ਬੈਠ ਗਈ। ਜੱਗ ਉੱਤੇ ਸੌਂਦਣੀਆਂ ਪਰੇ ਤੋਂ ਪਰੇ, ਤੈਨੂੰ ਵਹਿ ਮੈਣੀ ਤੇਰੇ ਨਾਲੋਂ ਖਰੀ ਕੋਈ ਨਹੀਂ, ਵਹਿ ਮੈਣੀ ਤੇਰੇ ਨਾਲੋਂ ਖਰੀ ਕੋਈ ਨਹੀਂ।
ਬੋਲ ਸ਼ਿੱਟ ਨਾਲ ਤਾਂ ਪਹਿਲਾਂ ਹੀ ਲਾਈਵ ਭਰੀ ਤੈਨੂੰ ਮੈਂ ਨੀ ਤੇਰੇ ਨਾਲੋਂ ਖਰੀ ਕੋਈ ਨੀ ਬੋਲ ਸ਼ਿੱਟ ਨਾਲ ਤਾਂ ਪਹਿਲਾਂ ਹੀ ਲਾਈਵ ਭਰੀ ਤੈਨੂੰ ਮੈਂ ਨੀ ਤੇਰੇ ਨਾਲੋਂ ਖਰੀ ਕੋਈ ਨੀ ਕਿਆ ਬਾਤ ਹੈ ਕਿਆ ਬਾਤ ਹੈ ਸੋ ਵੱਡਾ ਹੋ ਕੇ ਕੀ ਬਣਨਾ ਵੀਰੇ ਮੈਂ ਹੀ ਫੌਜ 'ਚ ਜਾਣਾ ਫੌਜ 'ਚ ਫੌਜ 'ਚ ਜਾਣਾ ਸੋ ਕਲੈਪਿੰਗ ਕਰੋ ਵੀਰੇ ਵਾਸਤੇ ਪਹਿਲੀ ਗੱਲ ਫੌਜ ਹੈ ਫੌਜ ਦੇ ਵਿੱਚ ਬਹੁਤ ਘੱਟ ਮਤਲਬ ਬੱਚੇ ਨੇ ਜਿਹੜੇ ਸੋਚਦੇ ਨੇ ਕਿ ਫੌਜ 'ਚ ਜਾਣਾ ਕਿਉਂਕਿ ਫੌਜ ਵਾਲਾ ਕੰਮ ਔਖਾ ਬਹੁਤ ਹੈ ਸਰਹੱਦਾਂ 'ਤੇ ਰਾਖੀ ਕਰਨੀ ਜਿਹਨਾਂ ਕਰਕੇ ਅਸੀਂ ਜਿਉਂਦੇ ਬੈਠੇ ਹਾਂ ਜੇ ਉਹ ਸੌਂ ਜਾਣਾ ਤਾਂ ਆਪਾਂ ਸਾਰੀ ਸੌਂ ਜਾਵਾਂਗੇ ਸੋ ਇੱਕ ਵਾਰ ਕਲੈਪਿੰਗ ਹੋਰ ਕਰੋ ਆਪਣੀ ਫੌਜ ਵਾਸਤੇ ਵੀਰੇ ਕੀ ਨਾਮ ਹੈ ਮੇਰਾ ਨਾਮ ਚਿਰਾਯੂ ਸਿੰਗਲਾ ਹੈ ਕਿਆ ਜੀ ਚਿਰਾਯੂ ਸਿੰਗਲਾ ਸਿੰਗਲਾ ਸਾਹਿਬ ਆਪਣਾ ਪਾਪਾ ਦਾ ਨਾਮ ਕੀ ਹੈ ਦੀਪਕ ਸਿੰਗਲਾ ਦੀਪਕ ਸਿੰਗਲਾ ਐਂਡ ਮੰਮਾ ਦਾ ਨਾਮ ਕੰਚਨ ਸਿੰਗਲਾ ਆਏ ਸਿੰਗਲਾ ਕਿਆ ਬਾਤ ਹੈ ਕਿਆ ਬਾਤ ਹੈ ਕਿਹੜੀ ਕਲਾਸ ਚ 5th ਲਿਲੀਸ 5th ਲਿਲੀਸ ਲਿਲੀ ਇਹ ਤਾਂ ਹਰੀ ਹੈ 5th ਹਰੀ ਕਹਿ 5th ਹਰੀ ਆ ਦੇ ਪਿੱਛੇ ਲੱਗੇ ਇਹਦੇ ਨੇ ਸੋ ਪਿਆਰੇ ਬੱਚੇ ਹੁੰਦੇ ਨੇ ਜੀ ਸੱਚੀ ਗੱਲ ਹੈ ਸੋ ਕੀ ਕਰਕੇ ਦਿਖਾਓਗੇ ਚੁਟਕਲਾ ਸੁਣਾਉਂਗੇ ਚੁਟਕਲੇ ਵਾਲੇ ਬੜੇ ਮਿਲ ਰਹੇ ਨੇ ਅੱਜ ਕੱਲ੍ਹ ਕੀ ਗੱਲਬਾਤ ਹੈ ਇਹ ਸਕੂਲ ਦੀ ਖਾਸ ਗੱਲ ਇਹ ਹੈ ਜੀ ਕਿ ਇੱਥੋਂ ਦੇ ਕਲਚਰ ਐਕਟੀਵਿਟੀ ਬੱਚੇ ਬਹੁਤ ਜ਼ਿਆਦਾ ਹੁਨਰ ਨਾਲ ਭਰੇ ਹੋਏ ਨੇ ਹਾਂਜੀ ਆਉਣ ਦੋ ਕਾਲੀ ਕਾਲੀ ਰਾਤ ਸੀ ਰਾਤ ਕਾਲੀ ਆਉਂਦੀ ਚਿੱਟੀ ਕੌਣ ਕਹਿੰਦਾ ਚੱਲ ਆਉਣ ਦੇ ਕੋਈ ਨੀ ਰਾਤ ਇਹਦੇ ਹੀ ਕਾਲੀ ਹੈ ਜੀ ਹਾਂਜੀ ਇੱਕ ਬੰਦੇ ਦੀ ਘੜੀ ਚੋਰੀ ਹੋ ਗਈ ਸੀ ਠੀਕ ਹੈ ਉਹ ਆਪਣੇ ਦੋਸਤ ਲਵੇ ਗਿਆ ਉਹ ਕਹਿੰਦਾ ਦੋਸਤ ਦੋਸਤ ਮੇਰੀ ਘੜੀ ਚੋਰੀ ਹੋ ਗਈ ਉਹਦਾ ਦੋਸਤ ਕਹਿੰਦਾ ਤੂੰ ਪੁਲਿਸ ਸਟੇਸ਼ਨ ਜਾ ਕੇ ਐਂ ਕਹਿ ਕਾਲੀ ਕਾਲੀ ਰਾਤ ਸੀ ਕੁੱਤੇ ਭੌਂਕ ਰਹੇ ਸੀ ਤਾਰੇ ਚਮਕ ਰਹੇ ਸੀ ਇੱਕ ਬੰਦਾ ਆਇਆ ਮੇਰੀ ਕੰਧ ਟੱਪ ਗਈ ਮੇਰੀ ਘੜੀ ਲੈ ਗਿਆ ਉਹ ਪੁਲਿਸ ਸਟੇਸ਼ਨ ਜਾ ਕੇ ਕਹਿੰਦਾ ਚਿੱਟੀ ਚਿੱਟੀ ਰਾਤ ਸੀ ਤਾਰੇ ਭੌਂਕ ਰਹੇ ਸੀ ਕੁੱਤੇ ਚਮਕ ਰਹੇ ਸੀ ਔਰ ਇੱਕ ਗਾਂ ਕੰਧ ਟੱਪ ਗਈ ਮੇਰੀ ਘੜੀ ਲੈ ਗਈ ਓਕੇ ਥੈਂਕ ਯੂ ਵੀਰੇ ਥੈਂਕ ਯੂ ਜ਼ੋਰਦਾਰ ਤਾੜੀ ਇਸ ਬੱਚੇ ਲਈ ਥੈਂਕ ਯੂ ਬੇਟਾ ਥੈਂਕ ਯੂ ਹੁਣ ਇਸ ਤੋਂ ਬਾਅਦ ਜਿਹੜਾ ਬੱਚਾ ਆਊਗਾ ਉਹ ਆਪਣੇ ਅੱਖਾਂ ਤੇ ਹੱਥ ਰੱਖ ਕੇ ਆਊਗਾ ਦੇਖ ਰਹੇ ਸੀਗੇ ਨਹੀਂ ਫਿਰ ਤੁਹਾਨੂੰ ਖੰਭ ਤੱਕ ਪਤਾ ਲੱਗਿਆ ਸੀ ਗਰਾਊਂਡ ਸਾਡੇ ਸਕੂਲ ਦਾ ਪਤਾ ਹੀ ਆ ਬੰਦਾ ਖੜਾ ਹੋਈ ਅੱਗੇ ਵਾਹ ਜੀ ਵਾਹ ਗਰਾਊਂਡ ਬੇਟੇ ਕੀ ਨਾਮ ਹੈ ਮਹਿਕ ਮਹਿਕ ਮੇਰੇ ਫੜ ਦੋ ਮਾਈਕ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 10th 10th ਚ ਸੈਕਸ਼ਨ ਡੇਲੀਆ ਹਾਂ 10th ਡੇਲੀਆ ਐ ਬੋਲੇ ਕਰੋ ਬੇਟਾ 10th ਡੇਲੀਆ ਵੈਰੀ ਗੁੱਡ ਅੱਛਾ ਕੀ ਕਰਕੇ ਦਿਖਾਓਗੇ ਹੁਣ ਟੀਮ ਨਾਲ ਝੂਮਰ ਰੌਣਕ ਹੋ ਜੂ ਕਾਟੀ ਵੇ ਚੱਲ ਮੇਲੇ ਨੂੰ ਚੱਲੀਏ ਹਾਏ ਚੱਲ ਮੇਲੇ ਨੂੰ ਚੱਲੀਏ ਰੌਣਕ ਹੋ ਜੂ ਕਾਟੀ ਵੇ ਚੱਲ ਮੇਲੇ ਨੂੰ ਚੱਲੀਏ ਹਾਏ ਹੋ ਚੱਲ ਮੇਲੇ ਨੂੰ ਚੱਲੀਏ ਤੇਰੇ ਹੱਥ ਮਾਹੀ ਵੇ ਗਾਨਾ ਤੇਰੇ ਹੱਥ ਮਾਹੀ ਵੇ ਗਾਨਾ ਸ਼ੋਰਾ ਵੇ ਰਾਵੀ ਵਾਲੜਿਆ ਵੇ ਤੂੰ ਲੱਗੀਆਂ ਤੋੜਨੇ ਭਾਵੀਂ ਵੇ ਤੂੰ ਲੱਗੀਆਂ ਤੋੜਨੇ ਭਾਵੀਂ ਸ਼ੋਰਾ ਵੇ ਰਾਵੀ ਵਾਲੜਿਆ ਉੱਚੀਆਂ ਲੰਮੀਆਂ ਟਾਲੀਆਂ ਹੋ ਬੈਲੀਆ ਹੇਠ ਵਗੇ ਦਰਿਆ ਮੈਂ ਦਰਿਆਵਾਂ ਦੀ ਮੱਛਲੀ ਵੇ ਸੋਹਣਿਆ ਬਗਲਾ ਬਣੀ ਕੇ ਚਾ ਵੇ ਮੈਨੂੰ ਬਗਲਾ ਬਣੀ ਕੇ ਚਾ ਬੇਟੇ ਕਿਹਨਾਂ ਨੇ ਤਿਆਰ ਕਰਾਇਆ ਸੀ ਇਹ ਜੋਤਵੀਰ ਨੇ ਬੱਚਾ ਦੇਖੋ
ਕਿਆ ਬਾਤ ਹੈ, ਸਿਆਣੇ ਜਵਾਕ ਜੀ ਇੱਥੋਂ ਦੇ। ਹਾਂਜੀ ਵੀਰੇ, ਕੀ ਨਾਮ ਹੈ? ਪਰਵਿੰਦਰ ਸਿੰਘ। ਪਰਵਿੰਦਰ ਸਿੰਘ ਜੀ ਕਿਹੜੀ ਕਲਾਸ 'ਚ? ਫਿਫਥ ਸਟੈਂਡਰਡ। ਪਾਪਾ ਦਾ ਨਾਮ ਕੀ ਹੈ? ਨਿਰਮਲ ਸਿੰਘ। ਕੀ ਕਰਦੇ ਨੇ ਪਾਪਾ? ਮੱਝਾਂ ਦਾ ਵਪਾਰ ਕਰਦੇ ਨੇ। ਅੱਛਾ, ਮੱਝਾਂ ਨਵਾਉਂਦੇ ਨੇ, ਮੱਝਾਂ ਵਪਾਰ ਕਰਦੇ ਨੇ। ਮੱਝ ਦਾ ਕੀ ਰੇਟ ਚੱਲ ਰਿਹਾ ਵੈਸੇ ਅੱਜ ਕੱਲ੍ਹ, ਕੋਈ ਹੈ ਆਈਡੀਆ? ਸਰ ਕਦੇ 1 ਲੱਖ ਤੇ 2.5 ਲੱਖ। ਇੱਕ ਤਾਂ 1 ਲੱਖ ਤੇ ਇੱਕ ਤਾਂ 2.5 ਲੱਖ। ਲਓ ਜੀ ਮੱਝਾਂ ਦੀ। ਹੁਣ ਨਿਰਮਲ ਸਿੰਘ ਦੇ ਬੇਟਾ ਜੀ ਕੀ ਕਰਕੇ ਦਿਖਾਉਣਗੇ? ਸੌਂਗ ਗਾਉਂਗੇ। ਕਿਹੜਾ? ਜੱਟ ਦੀ ਕ੍ਰਿਪਟੂ। ਆ ਜਾ। ਹੋ ਲਿਟਲ ਬੁਆਏ ਵਾਂਗੂਣਾ ਚੱਲਦਾ, ਰਸ਼ੀਆ ਜਪਾਨ ਸਾਥੋਂ ਡਰੇ ਹੋਏ ਆ, ਪੋਤਾ ਮੇਰਾ ਕਰੂ ਪੂਰਾ ਮਾਣ ਦੱਦ ਤੇ, ਐਦਾਂ ਦੇ ਮੈਂ ਕੰਮ ਕੁਛ ਕਰੇ ਹੋਏ ਆ, ਡੀਪੀਸੀ ਦੇ ਉੱਤੇ ਯਾਰ ਹੋਣ ਚਰਚੇ। ਬੇਟੇ ਇੱਕ ਮਿੰਟ, ਪਿਛਲੇ ਐਪੀਸੋਡਾਂ 'ਚ ਵੀ ਜਦੋਂ ਵੀ ਕੋਈ ਬੱਚਾ ਇਹ ਗਾਣਾ ਗਾਉਂਦਾ, ਪਤਾ ਨਹੀਂ ਹਰੇਕ ਬੱਚੇ ਦੇ ਮੂੰਹ 'ਤੇ ਚੜਿਆ ਹੋਇਆ ਇਹ ਗਾਣਾ, ਸੋ ਮੈਂ ਕਹਿੰਦਾ ਹੁੰਦਾ ਕਿ ਇਹ ਗਾਣਾ ਆਪਾਂ ਹਿੰਦੀ 'ਚ ਚਲਾਉਣ ਨੂੰ ਸੋਚ ਰਿਹਾ ਮੈਂ ਹਨਾ ਆਪਦੀ ਪ੍ਰੋਡਕਸ਼ਨ 'ਚੋਂ, ਕਿ ਇਹ ਗਾਣਾ ਹਿੰਦੀ 'ਚ ਚਲਾਉਣਾ ਪਾਣੀ। ਸੋ ਬੇਟੇ ਹੁਣ ਇਹ ਗਾਣਾ ਹਿੰਦੀ 'ਚ ਆਉਂਦੇ ਆਏਗਾ ਆਏਗਾ ਥੋੜ੍ਹਾ ਜਿਹਾ ਬੇਟੇ ਰੈਡੀ ਤੋਂ ਹੋ ਕੇ ਦੇਖੋ, ਆਏਗਾ ਹਿੰਦੀ। ਆ ਤਾਂ ਹੈ, ਆ ਤਾਂ ਨਹੀਂ ਕਹਿੰਦਾ ਜੀ ਬੇਟੇ, ਆਏਗਾ। ਨਿਰਮਲ ਸਿੰਘ ਕੇ ਬੇਟਾ ਹੋ ਆਪ, ਆਪਕੋ ਹਿੰਦੀ ਨਾ ਆਏ, ਮੱਝਾ ਕਾ ਵਪਾਰ ਆਪਕਾ, ਆਣੇ ਦੋ ਆਣੇ ਦੋ। ਓ ਲਿਟਲ ਬੁਆਏ ਮੰਗੂਣਾ ਮਚਾ, ਨਾ ਮੰਗੂ ਮੰਗੂ ਨਹੀਂ ਹੈਗਾ ਇਹ, ਪੰਜਾਬੀ ਨਹੀਂ ਹੈਗੀ। ਜੈਸੇ ਬੋਲੋ, ਜੈਸੇ ਲਿਟਲ ਬੁਆਏ ਜੈਸੇ ਨਾਮ ਚੱਲ ਸੈ, ਰਸ਼ੀਆ ਜਪਾਨ ਸਾਥ ਡਰੇ ਹੋਏ ਹੈ। ਹਾਂ ਵੈਰੀ ਗੁੱਡ ਵੈਰੀ ਗੁੱਡ, ਗਿਫਟ ਮਿਲੂ ਤੈਨੂੰ ਪਿਓਰ ਰੂਟਸ ਦਾ, ਐਡਾ ਵੱਡਾ ਆਉਣ ਜੇ। ਪੋਤਾ ਮੇਰਾ ਕਰੂ ਪੂਰਾ ਮਾਣ ਦਾਦੇ ਤੇ, ਦਾਦੇ ਪੇ ਐਦਾਂ ਦੇ ਮੈਂ ਕੰਮ ਕੁਛ ਐਸਾ ਦੇ ਮੈਂ ਕੰਮ ਐਸਾ ਦੇ ਨਹੀਂ ਐਸੇ ਕੰਮ ਮੈਨੇ ਐਸੇ ਕ ਐਸੇ ਕੁਝ ਕੰਮ ਮੈਨੇ ਕਰੇ ਹੋਏ ਕੀ ਹੋਏ ਹੈ ਕੀ ਹੋਏ ਹੈ। ਹਾਂ ਆ ਗਿਆ ਆਨੇ ਤੂੰ ਟੋਲ ਪਲਾਜ਼ਾ ਤੇ ਵੀ ਸਿਰ ਟੋਲ ਪਲਾਜ਼ਾ ਪਰ ਸਿਰ ਪੜਿਆ, ਉਦੋਂ ਤੋਂ ਹੀ ਉਦੋਂ ਤੋਂ ਨਹੀਂ ਤਬ ਤੋਂ ਹੀ ਪੈ। ਥੈਂਕ ਯੂ। ਸੋ ਇਸ ਬੱਚੇ ਨੂੰ ਅੱਧ ਬਚੰਦੀ ਹਿੰਦੀ ਤੇ ਮਿਲਦਾ ਜੀ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ। ਹਾਂਜੀ ਲਿਆਓ ਜੀ, ਵਾਹ ਜੀ ਵਾਹ, ਆਹ ਲਓ ਜੀ ਨਿਰਮਲ ਸਿੰਘ ਬੇਟਾ ਜੀ ਨੂੰ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ। ਓਕੇ ਥੈਂਕ ਯੂ ਬੇਟਾ, ਜ਼ੋਰਦਾਰ ਤਾੜੀ ਇਸ ਬੱਚੇ ਲਈ। ਚਲੋ ਜੀ ਰੌਣਕਾਂ ਪੂਰੇ ਲੱਗ ਰਹੇ, ਨਜ਼ਾਰਾ ਪੂਰਾ ਆ ਰਿਹਾ, ਪਰ ਛੋਟਾ ਜਿਹਾ ਟਾਈਮ ਹੋ ਗਿਆ ਬ੍ਰੇਕ ਦਾ, ਮਿਲਦੇ ਹਾਂ ਇੱਕ ਛੋਟੀ ਜੀ। ਚਲੋ ਜੀ ਰੌਣਕਾਂ ਲਾਉਣ ਲਈ ਫਿਰ ਤੋਂ ਆ ਚੁੱਕੇ ਹਾਂ ਸੀਬਾ ਸਕੂਲ ਦੇ ਵਿੱਚ ਆਪਣਾ ਸ਼ੋਅ ਲੈ ਕੇ। ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ। ਗੋਲੂ ਮੋਲੂ ਜਾ ਕੇ ਨਾ ਅੱਧੀ ਛੁੱਟੀ ਸਾਰੀ। ਕਿਆ ਬਾਤ ਹੈ ਕਿਆ ਬਾਤ ਹੈ, ਕੀ ਨਾਮ ਬੇਟਾ ਤੁਹਾਡਾ? ਗੁਰਜੋਤ ਸਿੰਘ। ਗੁਰਜੋਤ ਸਿੰਘ ਵੱਡੇ ਹੋ ਕੇ ਕੀ ਬਣੋਗੇ? ਸਿੰਗਰ ਜਾਂ ਕਬੱਡੀ ਦਾ ਪਲੇਅਰ? ਕਬੱਡੀ ਦਾ ਪਲੇਅਰ ਵਧੀਆ ਰਹੇਗਾ, ਸਿੰਗਰ ਦਾ ਬੇਟਾ ਹਰੇਕ ਬਣ ਜਾਂਦਾ, ਕਬੱਡੀ ਦਾ ਪਲੇਅਰ ਬਣਨਾ। ਠੀਕ ਹੈ, ਫਿਰ 10 ਡੰਡ ਬੈਠ ਕੇ ਲਾ ਕੇ ਦਿਖਾਓ। ਵੈਰੀ ਗੁੱਡ। ਸੋ ਇਹ ਬੱਚਾ ਜ਼ਰੂਰ ਕਬੱਡੀ ਦਾ ਖਿਡਾਰੀ ਬਣੂਗਾ ਜੀ। ਸੋ ਠੀਕ ਹੈ ਬੇਟੇ, ਕਬੱਡੀ ਦੇ ਲਈ ਜਿੰਨੀ ਵੀ ਤੈਨੇ ਮਿਹਨਤ ਕਰਨੀ ਹੈ ਉਸ ਤੋਂ ਦੁੱਗਣੀ ਮਿਹਨਤ ਕਰਨੀ ਹੈ। ਠੀਕ ਹੈ, ਜਿਹਨੇ ਸੋਚਿਆ ਹੋਇਆ ਉਸ ਤੋਂ ਵੱਧ ਮਿਹਨਤ ਕਰਨੀ ਹੈ, ਫਿਰ ਕਬੱਡੀ ਦਾ ਪਲੇਅਰ ਬਣੇਗਾ। ਸੋ ਹੁਣ ਕੀ ਕਰਕੇ ਦਿਖਾਓਗੇ? ਸੌਂਗ ਗਾਓ। ਕਿਹੜਾ? ਸੋਹਾਈ। ਸੋਹਾਈ ਪੱਕੀ ਗੱਲ ਹੈ? ਚੱਲ ਸੁਣਦਾ ਜੀ ਸੋਹਾਈ ਗਾਣਾ। ਹਾਂਜੀ ਵੀਰੇ ਆ ਜਾਓ। ਉਹ ਟੁੱਕੀ ਟਿੱਕੀ ਪੂਰੀ ਠੋਕ ਠੋਕ ਰੱਖਦਾ, ਆਹਾ ਡੇਂਜਰ ਉੱਤੇ ਜਾਣ ਲੈਵਾ ਸ਼ੌਂਕ ਰੱਖਦਾ, ਦੂਰੀ ਫੁੱਟ ਦੀ ਬਣਾ ਕੇ ਐ ਮੜੀਰ ਖੜਦੀ, ਹੀ ਡੱਬ ਵਿੱਚ ਭਰ ਕੇ ਗਲੌਕ ਰੱਖਦਾ, ਖੂਨ ਨੂੰ ਦਲੇਰੀ ਰੈਡੀ ਪੰਪ ਕਰਦੀ, ਲੋ ਰਾਈਡਰ ਸੜਕੀ ਉੱਤੇ ਜੰਪ ਕਰਦੀ, ਅੱਲੜਾਂ ਦੇ ਸੀਨੇ ਠਾਰਦੀ ਆ ਠਾਰਦੀ ਆ, ਸਿਰੇ ਉੱਤੋਂ ਲੰਘਣਾ ਫਲਾਈ ਹੀ ਕਰਕੇ, ਉੱਚੀਆਂ ਨੇ ਗੱਲਾਂ ਤੇਰੇ ਹਾਰਦੀਆਂ ਹਾਂ, ਉੱਚੀਆਂ ਨੇ ਤੇਰੇ ਹਾਰਦੀ ਹਾਂ, ਉੱਚੀਆਂ ਨੇ ਗੱਲਾਂ ਤੇਰੇ ਹਾਰ। ਬਸ 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 ਬਸ, ਹੁਣ ਮਾਊਂਟ ਐਵਰੈਸਟ ਚੜ੍ਹੇਗਾ, ਬਹੁਤ ਉੱਚੀਆਂ ਗੱਲਾਂ ਹੋ ਗਈਆਂ। ਵੈਸੇ ਦੋ ਗੱਲਾਂ ਤੇਰੀਆਂ ਉੱਚੀ ਉੱਚੀਆਂ ਜਿਹੜੀਆਂ ਹੈਗੀਆਂ ਨੇ ਉਹ ਦੱਸ ਮਾਈਕ ਉੱਪਰ, ਕਿਹੜੀ ਕਿਹੜੀ ਗੱਲ ਉੱਚੀ ਹੈ ਤੇਰੀ? ਇੱਕ ਤਾਂ ਹੀ ਮੇਰੇ 'ਚ ਸਾਰੀ ਕਲਾਸ 'ਚ ਜ਼ਿਆਦਾ ਰੇਸ਼ ਹੈ ਜੀ। ਆਹਾ ਸਾਰੀ ਹੈਗੀ ਆ ਬਾਈ, ਇਹਦੀ ਕਲਾਸ ਵਾਲੇ ਬੱਚੇ ਹੈਗੀ ਹੈ ਇਹਦੀ ਕਲਾਸ 'ਚ ਰੇਸ, ਸਾਰੀ ਕਲਾਸ ਤੋਂ ਅੱਗੇ ਹੈਗਾ, ਤਾੜੀ ਲਾਓ ਫਿਰ ਤੇ ਪਾਸੇ। ਅੱਛਾ ਇੱਕ ਹੋਰ ਉੱਚੀ ਹੋਰ ਗੱਲ, ਇੱਕ ਤਾਂ ਰੇਸ ਹੋ ਗਈ ਤੇਰੀ, ਇਹ ਤੇਰੀ ਉੱਚੀ ਗੱਲ ਹੈ ਕਲਾਸ 'ਚ। ਕਬੱਡੀ 'ਚ ਸਟੇਟ ਖੇਡਣ ਗਿਆ ਹੋਇਆ ਜੀ। ਖੇਡਣ ਗਿਆ ਹੋਇਆ ਫਿਰ ਤਾੜੀਆਂ ਲਾਓ। ਵੈਰੀ ਗੁੱਡ। ਕੀ ਕਰਕੇ ਦਿਖਾਓਗੇ? ਭੰਗੜਾ। ਕਿਹੜੇ ਗਾਣੇ ਤੇ? ਕਟੋਲ ਤੇ। ਢੋਲ ਤੇ ਭੰਗੜਾ ਕਰਨਗੇ। ਸੋ ਦੇਖਦੇ ਬੇਦੀ ਸਾਹਿਬ ਦਾ ਭੰਗੜਾ।
ਵਾਹ ਜੀ ਵਾਹ ਜੀ ਵਾਹ ਓ ਹੋ ਹੋ ਵਾਹ ਜੀ ਵਾਹ ਬੇਦੀ ਸਾਹਿਬ ਤੁਹਾਡਾ ਭੰਗੜਾ ਬਹੁਤ ਸੋਹਣਾ ਪਰ ਜਿਹੜੇ ਕਹੋ ਸਟੈਪ ਜਿਹਾ ਇੰਜ ਵਾਲਾ ਉਹ ਮੈਂ ਦੇਖਿਆ ਬਹੁਤ ਸੋਹਣਾ ਹੁੰਦਾ ਹੁੰਦਾ ਮੈਨੂੰ ਸਿਖਾਓ ਮੜਾ ਜਾ ਉਹ ਬਾਈ ਦਿਓ ਜੀ ਉਸਤਾਦ ਜੀ ਬੀਟ ਮੇਰੇ ਵਾਹ ਜੀ ਵਾਹ ਮੇਰੇ ਵਾਸਤੇ ਤਾੜੀਆਂ ਲਓ ਆਓ ਜੀ ਆਓ ਜੀ ਆਓ ਜੀ ਵਾਹ ਸਾਹਿਬ ਬੇਦੀ ਸਾਹਿਬ ਵਜਨ ਕਿੰਨਾ ਕੁ ਹੈ 80 ਕੁ ਨੇੜੇ ਤੇੜੇ ਹੋ ਗਿਆ 80 ਕੁ ਨੇੜੇ ਤੇੜੇ ਪੱਕਾ ਪਤੀ ਨਹੀਂ ਕਿੰਨਾ ਕੁ ਹੈ 80 ਦੇ ਨੇੜੇ ਤੇੜੇ ਵਜਨ ਹੈ ਜੀ ਸੋ ਵੱਡੇ ਹੋ ਕੇ ਕੀ ਬਣਨਾ ਸ਼ੈਫ ਸ਼ੈਫ ਬਣਨਾ ਚੱਲ ਜੀ ਇੱਕ ਭਰਿੰਡੇ ਸਬਜ਼ੀ ਬਣਾਉਣੀ ਹੋਵੇ ਕੀ ਕੁਛ ਪਊਗਾ ਉਹਦੇ ਵਿੱਚ ਤੇਲ ਹਾਂ ਹਾਂ ਫਿਰ ਇੱਕ ਮਿੰਟ ਬਣਾ ਆਹ ਸੁਣ ਲਓ ਜੀ ਜਿਹੜੇ ਨੂੰ ਭਰਿੰਡੇ ਨਹੀਂ ਬਣਾਉਣੀ ਹੁੰਦੀ ਆਹ ਕੁੜੀਆਂ ਨੂੰ ਸਪੈਸ਼ਲ ਬੇਟੇ ਸੁਣ ਲਓ ਵਿਆਹ ਤੋਂ ਬਾਅਦ ਕੰਮ ਆਉਣਗੀਆਂ ਠੀਕ ਹੈ ਆਹ ਸੋ ਜਿਹੜੇ ਜਿਹੜੇ ਟੀਚਰਸ ਖੜੇ ਨੇ ਉਹਨਾਂ ਨੂੰ ਜਿਹਨਾਂ ਨੂੰ ਨਹੀਂ ਸਬਜ਼ੀ ਬਣਾਉਣੀ ਹੁੰਦੀ ਭਿੰਡੀ ਦੀ ਇੱਕ ਭਰਿੰਡੀ ਦੀ ਪਿੰਡੀ ਦੀ ਸਾਡੇ ਭਰਿੰਡੀ ਭਰਿੰਡੀ ਖੀ ਜਾਂਦੇ ਮਾਈਕ ਉੱਪਰ ਰੱਖ ਡਰਦਾ ਕਦੋਂ ਹੈ ਕੁਲਫੀ ਹੈ ਖੁਰਨੀ ਦੇਣੀ ਹੈ ਸੋ ਭਿੰਡੀ ਦੀ ਸਬਜ਼ੀ ਜਿਹਨੂੰ ਨਹੀਂ ਬਣਾਉਣੀ ਆਉਂਦੀ ਜੀ ਜਿਹੜੇ ਟੀਵੀ ਸਕਰੀਨ ਤੇ ਬੈਠੇ ਦੇਖ ਰਹੇ ਨੇ ਸੋ ਵੀਰਾ ਦੱਸੂਗਾ ਆਉਣ ਦੋ ਪਹਿਲਾਂ ਹੀ ਤੇਲ ਪਾ ਲਓ ਇੱਕ ਕੜਾਈ ਦੇ ਵਿੱਚ ਓਕੇ ਜਦੋਂ ਤੇਲ ਗਰਮ ਹੋ ਗਿਆ ਜੀ ਫਿਰ ਜੀਰਾ ਪਾ ਲਓ ਫਿਰ ਜੀ ਆਪਣਾ ਪਿਆਜ਼ ਪਾ ਲਓ ਜੀ ਪਿਆਜ਼ ਭੁੰਨ ਲਓ ਫਿਰ ਜੀ ਉਹਦੇ ਵਿੱਚ ਉਹ ਭਰੋ ਆਪਣਾ ਭਿੰਡੀਆਂ ਕੱਟ ਕੇ ਭਿੰਡੀਆਂ ਪਾ ਦੀਆਂ ਕਿਹੜੇ ਮਰਜ਼ੀ ਹਿਸਾਬ ਨਾਲ ਕੱਟ ਕੇ ਭਰੋ ਜੀ ਓਕੇ ਫਿਰ ਜੀ ਜਦੋਂ ਥੋੜ੍ਹਾ ਜਿਹਾ ਦਬਲ ਜਿਹਾ ਲੱਗੀ ਭਿੰਡੀ ਜਦੋਂ ਭਿੰਡੀ ਦਬਲ ਲੱਗੀ ਫਿਰ ਜੀ ਲੂਣ ਮਿਰਚ ਹਲਦੀ ਲੂਣ ਮਿਰਚ ਮਸਾਲਾ ਹਲਦੀ ਹਾਂ ਪਾ ਕੇ ਫਿਰ ਉਹਨੂੰ ਧੀਮੀ ਅੱਗ ਵਿੱਚ ਕੱਟ ਧੀਮੀ ਕੱਟ ਸੇਕਦੇ ਅੱਛਾ ਧੀਮੀ ਹਾਂ ਫਿਰ ਜੀ ਉਹਨੂੰ ਰੱਖ ਦਿਓ ਕਿੱਥੇ ਰੱਖ ਦਿਓ ਗੈਸ ਤੇ ਅੱਛਾ ਫਿਰ ਜੀ ਜਦੋਂ ਜੀ ਬਣ ਗਈ ਉਹ ਜਦੋਂ ਦਬਲ ਜਿਹਾ ਲੱਗੀ ਜਦੋਂ ਜੀ ਸੁੱਕ ਜੇਗੀ ਜੀ ਫਿਰ ਉਹੀ ਬਣ ਜਾਂਦੀ ਹੈ ਜੀ ਉਦੋਂ ਬਣ ਜਾਂਦੀ ਹੈ ਜੀ ਉਹ ਅੱਛਾ ਫਿਰ ਬੰਦ ਕਰ ਦਿਓ ਜੀ ਫਿਰ ਬੰਦ ਕਰ ਦਿਓ ਭਿੰਡੀ ਹਾਂ ਨਹੀਂ ਹਾਂ ਗੈਸ ਅੱਛਾ ਫਿਰ ਜੀ ਉਹਨੂੰ ਸਾਈਡ ਤੇ ਰੱਖ ਦਿਓ ਫਿਰ ਜੀ ਰੋਟੀ ਬਣਾ ਕੇ ਖਾ ਲਓ ਓ ਵਾਹ ਜੀ ਵਾਹ ਤਾੜੀਆਂ ਲਓ ਓਕੇ ਥੈਂਕ ਯੂ ਵੀਰੇ ਵਾਹ ਵਾਹ ਜੀ ਵਾਹ ਆ ਆ ਆਉਂਦੇ ਨੇ ਦਿਲਦਾਰ ਬੰਦੇ ਉਹੀ ਅੱਧੇ ਤਾਂ ਉਹੀ ਹਵਾ ਜੀ ਤੋਰੇ ਫਿਰਦੇ ਨੇ ਕਿ ਨਹੀਂ ਸਾਡੇ ਵਰਗਾ ਕੋਈ ਹੈ ਹੀ ਨਹੀਂ ਪਰ ਇੱਥੇ ਕਿਸੇ ਵਰਗਾ ਕੋਈ ਨਹੀਂ ਹਰੇਕ 'ਚ ਆਪੋ ਆਪਣੀ ਖਾਸੀਅਤ ਹੁੰਦੀ ਹੈ ਹਰੇਕ ਬੰਦਾ ਜੀ ਘੈਂਟ ਆ ਕਿਸੇ ਦੀ ਮਾਂ ਨੂੰ ਪੁੱਛ ਕੇ ਦੇਖੋ ਆਪਦੇ ਪੁੱਤ ਨੂੰ ਧੀ ਨੂੰ ਮਾੜਾ ਕੋਈ ਕਹਿੰਦੇ ਨਹੀਂ ਹੁੰਦਾ ਆਪਾਂ ਕਹਿ ਦਿੰਦੇ ਦੇਖਿਓ ਦੇਖੀ ਲੋਕ ਕਿਹੋ ਜਿਹੀ ਹੈ ਕਿਹੋ ਜਿਹਾ ਸੋ ਸਾਰੇ ਘੈਂਟ ਹੁੰਦੇ ਨੇ ਸੋ ਘੈਂਟ ਬਣ ਕੇ ਰਹਿਣਾ ਠੀਕ ਹੈ ਬੇਟਾ ਹਾਂਜੀ ਕੀ ਨਾਮ ਹੈ ਜੀ ਹਰਸਿਮਰਨਜੋਤ ਸਿੱਧੂ ਓਕੇ ਓਕੇ ਕਿਹੜੀ ਕਲਾਸ 'ਚ ਪੜ੍ਹਦੇ ਹੋ 10th 'ਚ ਬੈਠੋ ਕੀ ਕਰਨਾ ਵੱਡੇ ਹੋ ਕੇ ਘਰ ਦੇ ਕਹਿੰਦੇ ਬੰਦਾ ਬਣ ਜਾ ਬੰਦਾ ਬਣ ਜਾ ਦਿਲਾਂ ਦੇ ਆ ਜਾਨੀਆਂ ਆਏ ਵਾਹ ਅੱਛਾ ਹੁਣ ਹੋਰ ਕੀ ਕਰਕੇ ਦਿਖਾਓਗੇ ਜੋ ਕਹੋਗੇ ਉਹ ਕਰ ਲਓਗੇ ਨੱਕ ਨਾਲ ਜੀਭ ਲਾ ਕੇ ਦਿਖਾ ਨਾ ਹੁਣ ਨਹੀਂ ਕੋਸ਼ਿਸ਼ ਤਾਂ ਕਰਨੀ ਤੂੰ ਆਹ ਲਵੇ ਆਓ ਜੀ ਮੜਾ ਕੈਮਰਾ ਲਵੇ ਲੈ ਕੇ ਆਓ ਟਰਾਈ ਤਾਂ ਕਰ ਆਇਆ ਕੀ ਕਰੀ ਜਾਂਦਾ ਬੇਟੇ ਟਰਾਈ ਤਾਂ ਕਰਕੇ ਦੇਖ ਉਹ ਜਮੀ ਵੀ ਨਾ 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 ਨਹੀਂ ਨਾਨਾ ਤਾਂ ਨਾਨਕੇ ਰਹਿ ਜੂਗਾ ਨਹੀਂ ਇੱਕ ਵਾਰ ਟਰਾਈ ਕਰਕੇ ਦੇਖ ਐਂ ਲੱਗ ਜਾਏਗਾ ਟਰਾਈ ਤਾਂ ਕਰਕੇ ਦੇਖ ਕਿੱਥੇ ਤੱਕ ਪਹੁੰਚਦੀ ਹੈ ਦਿਖਾ ਤੁਸੀਂ ਅੱਧ ਤੱਕ ਘੁੰਮਣ ਜਾਣਾ ਹੋਵੇ ਕਿੱਥੇ ਜਾਏਗਾ ਘੁੰਮਣ ਦੁਬਈ ਜਾਓਗੇ ਓਕੇ ਸੋ ਦੁਬਈ ਜਾਊਗਾ ਜੀ ਮੁੰਡਾ ਹੁਣ ਢੋਲ ਤੇ ਜਾਓਗੇ ਕਿ ਜਹਾਜ਼ ਤੇ ਤੁਰ ਕੇ ਜਾਊਂਗੇ ਉਸਤਾਦ ਜੀ ਢੋਲ ਦੇ ਤਾਂ ਦੁਬਈ ਜਾਣਾ ਮੁੰਡੇ ਨੇ ਓਕੇ ਥੈਂਕ ਯੂ ਬਾਈ ਆਹ ਦੁਬਈ ਜਾ ਰਿਹਾ ਮੁੰਡਾ ਆਏ ਇਸ ਤੋਂ ਬਾਅਦ ਬੱਚੇ ਬੁਲਾਉਣੇ ਜੀ ਆਪਾਂ ਤਾਂ ਉਈ ਭੱਜ ਭੱਜ ਆ ਰਹੇ ਨੇ ਅਜਾ ਅੱਜ ਮਸਾਂ ਟਾਈਮ ਮਿਲੇ ਇਹਨੂੰ ਕਲਾ ਇਹ ਜਿਹੜਾ ਸਾਡਾ ਸ਼ੋਅ ਹੈ ਜੀ ਸੁਣੀ ਦੀ ਖਾਸ ਗੱਲ ਦੱਸਦਾ ਕਿ ਬੱਚਿਆਂ ਦੇ ਜਿੰਨੀ ਵੀ ਕਲਾ ਭਰੀ ਹੋਈ ਹੈ ਉਹ ਕਲਾ ਮਤਲਬ ਕਿਸੇ ਪਾਸੇ ਫਾਲਤੂ ਨਾ ਲੰਘ ਜੇ ਸੋ ਇਹ ਸ਼ੋਅ ਤਿਆਰ ਕੀਤਾ ਅੱਧੀ ਛੁੱਟੀ ਸਾਰੀ ਸੋ ਇਸ ਵਿੱਚ ਆ ਕੇ ਬੱਚੇ ਆਪਦੀ ਕਲਾ ਉਜਾਗਰ ਕਰਦੇ ਨੇ ਕੋਈ ਸਿੰਗਿੰਗ ਕਰਦਾ ਕੋਈ ਐਕਟਿੰਗ ਕਰਦਾ ਕੋਈ ਮਾਡਲਿੰਗ ਕਰਦਾ ਕੋਈ ਕੁਛ ਕਰਦਾ ਕੋਈ ਚੁਟਕਲੇ ਪਤਾ ਨਹੀਂ ਕੀ ਕੁਛ ਕਰਦਾ ਸੋ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਡਾ ਸਾਰਿਆਂ ਦਾ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਵਿਸ਼ਵਾਸ ਗਿੱਲ ਬਲੀਵ ਗਿੱਲ ਹਾਂ ਵਿਸ਼ਵਾਸ ਅੰਗਰੇਜ਼ੀ ਕਿਵੇਂ ਪੈਂਦਾ ਬਲੀਵ ਗਿੱਲ ਅੱਛਾ ਕੀ ਕਰਕੇ ਦਿਖਾਓਗੇ ਡਾਂਸ ਕਿਹੜੇ ਗਾਣੇ ਤੇ ਬਿੱਲੀਆਂ ਅੱਖਾਂ ਅੱਛਾ ਬਿੱਲੀਆਂ ਅੱਖਾਂ ਤਾਂ ਐ ਨਹੀਂ ਦਰੀਆਂ ਗਾਣੇ ਅੱਛਾ ਬਿੱਲੀਆਂ ਅੱਖਾਂ ਗਾਣਾ ਤਿਆਰ ਰੱਖੋ ਜੀ
ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬੇਟਾ ਮਹਿਕਪ੍ਰੀਤ ਕੌਰ ਮਹਿਕਪ੍ਰੀਤ ਕੌਰ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ 6th ਮੇਪਲਾਰ 6th ਚ ਓਕੇ ਬੇਟਾ ਤੁਹਾਡੇ ਆਹ ਬੜੇ ਪਿਆਰੇ ਪਿਆਰੇ ਨੇ ਨਾ ਕਿਹਨਾਂ ਨੇ ਬਣਾਏ ਨੇ ਮੰਮਾ ਨੇ ਬਣਾਏ ਨੇ ਓਕੇ ਕੀ ਕਰਕੇ ਦਿਖਾਓਗੇ ਹੁਣ ਸਭ ਤੋਂ ਪਹਿਲਾਂ ਤੁਹਾਡੇ ਤੋਂ ਕੁਐਸਚਨ ਪੁੱਛੂ ਫਿਰ ਗਾਣਾ ਸੁਣਾਓ ਮੈਥੋਂ ਕੁਐਸਚਨ ਪੁੱਛੋਗੇ ਪੁੱਛ ਲਓ ਭਾਈ ਇਹ ਜੀ ਕਿਹੜੀ ਚੀਜ਼ ਹੈ ਜਿਹਦੇ ਫਟਣ ਤੇ ਆਵਾਜ਼ ਨਹੀਂ ਆਉਂਦੀ ਪਤਾ ਕਿਉਂ ਕਿਉਂਕਿ ਮੈਨੂੰ ਪਤਾ ਇਹਦਾ ਅੰਸਰ ਦੁੱਧ ਹੁੰਦਾ ਦੁੱਧ ਫਟ ਜਾਂਦਾ ਉਹਨੂੰ ਕੋਈ ਆਵਾਜ਼ ਨਹੀਂ ਕੋਈ ਆਉਂਦੀ ਹੁੰਦੀ ਰਾਈਟ ਮੈਂ ਕਿਆ ਬਾਤ ਹੈ ਕਿਆ ਬਾਤ ਹੈ ਇਹੋ ਜੀ ਕਿਹੜੀ ਚੀਜ਼ ਹੈ ਜਿਹਦੇ ਫਟਣ ਤੇ ਆਵਾਜ਼ ਨਹੀਂ ਆਉਂਦੀ ਉਹ ਹੈਗਾ ਜੀ ਦੁੱਧ ਹਾਂਜੀ ਹੁਣ ਸੁਣਾ ਦੋ ਸੁਣਾ ਦੋ ਹੈਲੋ ਮਾਈਕ ਰੱਬ ਰੱਬ ਕਿਸੇ ਦਾ ਨਾ ਮੈਂ ਜਰਦੀ ਕਿਸੇ ਦਾ ਸਵੈਗ ਨਾ ਮੈਂ ਫੋਲੋ ਕਰਦੀ ਕਿਸੇ ਦਾ ਸਵੈਗ ਨਾ ਮੈਂ ਫੋਲੋ ਕਰਦੀ ਹੋ ਰੱਬ ਰੱਬ ਕਿਸੇ ਦਾ ਨਾ ਮੈਂ ਜਰਦੀ ਕਿਸੇ ਦਾ ਸਵੈਗ ਨਾ ਮੈਂ ਫੋਲੋ ਕਰਦੀ ਹੁਸਨਾ ਦਾ ਐਂਡ ਮੇਰਾ ਨਖਰਾ ਟਰੈਂਡ ਹੁਸਨਾ ਦਾ ਐਂਡ ਮੇਰਾ ਨਖਰਾ ਟਰੈਂਡ ਉੱਤੋਂ ਰੱਬ ਲਿਆ ਨੈਰੋ ਸਲਵਾਰ ਦਾ ਰੱਬ ਲਿਆ ਨੈਰੋ ਸਲਵਾਰ ਦਾ ਹੋ ਫਿਸ਼ ਗੱਟ ਸੂਟ ਮੇਰਾ ਅਤਿ ਹੀ ਕਰਾਵੇ ਉੱਤੋਂ ਚੱਕਮਾ ਪਜਾਮਾ ਤੇਰੀ ਨਾਰ ਦਾ ਤੇਰੀ ਨਾਰ ਦਾ ਹੋ ਫਿਸ਼ ਗੱਟ ਸੂਟ ਮੇਰਾ ਅਤਿ ਹੀ ਕਰਾਵੇ ਉੱਤੋਂ ਚੱਕਮਾ ਸਟੈਲ ਤੇਰੀ ਨਾਰ ਦਾ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਜ਼ੋਰਦਾਰ ਤਾੜੀਆਂ ਇਸ ਬੱਚੇ ਲਈ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਉਣੇ ਤੁਸੀਂ ਖੋਖਰ ਤੋਂ ਖੋਖਰ ਇੱਧਰ ਆ ਰੋਡ ਤੇ ਹਾਂਜੀ ਤੁਸੀਂ ਜੀ ਮੈਦੇਵਾਸ ਮੈਦੇਵਾਸ ਗੰਡੂਆਂ ਕੋਲੇ ਹਾਂਜੀ ਕੀ ਬਾਤ ਹੈ ਕੀ ਬਾਤ ਅਸੀਂ ਕਈ ਵਾਰ ਲੰਘ ਜਾਂਦੇ ਹਾਂ ਤੁਸੀਂ ਨਾ ਜੇ ਕੇਪਲ ਜਾਂਦੇ ਹੁੰਦੇ ਜਿਸ ਜੀ ਉਹਨਾਂ ਕੋਲ ਹਾਂਜੀ ਬੇਟਾ ਕੀ ਕਰਕੇ ਦਿਖਾਓਗੇ ਅਸੀਂ ਬੋਲੀ ਪਾ ਕੇ ਦਿਖਾਓ ਬੋਲੇ ਤੁਸੀਂ ਦੋਨੋਂ ਛੰਨੇ ਉੱਤੇ ਛੰਨਾ ਛੰਨਾ ਪਰ ਅੱਜ ਮੈਣ ਦਾ ਛੰਨੇ ਉੱਤੇ ਛੰਨਾ ਛੰਨਾ ਪਰ ਅੱਜ ਮੈਣ ਖੜਕੇ ਵੇਖ ਸ਼ਕੀਨਾ ਕਿੱਦਾਂ ਪੈਂਦਾ ਪੈਂਦਾ ਮਲ ਵਹਿਣ ਦਾ ਖੜਕੇ ਵੇਖ ਯਕੀਨਾ ਜਿੱਦਾ ਪੈਂਦਾ ਮਲ ਵਹਿਣ ਦਾ ਵਾ ਹਾਂਜੀ ਜੇ ਤੂੰ ਮੁੰਡਾ ਅਣ ਜਾਣ ਮੇਰੀ ਕਰ ਲੈ ਪਛਾਣ ਜੇ ਤੂੰ ਮੁੰਡਾ ਅਣ ਜਾਣ ਮੇਰੀ ਕਰ ਲੈ ਪਛਾਣ ਗੋਰੇ ਰੰਗ ਤੇ ਡੋਰੀਏ ਕਾਲੇ ਦੀ ਵੇ ਮੈਂ ਕੁੜੀਆਂ ਸ਼ਹਿਰ ਪਟਿਆਲੇ ਦੀ ਵੇ ਮੈਂ ਕੁੜੀਆਂ ਸ਼ਹਿਰ ਪਟਿਆਲੇ ਦੀ ਤੇਰੇ ਕੁੜੀਆਂ ਬਣ ਤੁਸੀਂ ਸਾਰੇ ਦੇਖ ਰਹੇ ਹੋ ਤੁਸੀਂ ਬੜੇ ਪਿਆਰੇ ਹੋ ਪਰ ਛੋਟਾ ਜਿਹਾ ਬ੍ਰੇਕ ਲੈਣਾ ਪਊਗਾ ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋ ਚੁੱਕੇ ਜੀ ਗੱਡੀ ਲੈ ਕੇ ਸਕੂਲ ਦੇ ਵਿੱਚ ਸੀਬਾ ਵਾਲਿਆਂ ਦੇ ਵਿੱਚ ਸੋ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ ਇੰਨਾ ਪਿਆਰ ਮਿਲ ਰਿਹਾ ਜੀ ਬੱਚਿਆਂ ਦਾ ਅੱਜ ਸਾਨੂੰ ਇਸ ਸਕੂਲ ਦੇ ਵਿੱਚ ਆ ਕੇ ਹਾਂਜੀ ਤੁਹਾਡਾ ਨਾਮ ਹੈਗਾ ਵਿਸ਼ਵਜੀਤ ਸਿੰਘ ਫਾਦਰਜ਼ ਨੇਮ ਕਿਰਨਪਾਲ ਸਿੰਘ ਗਾਗਾ ਹਾਂਜੀ ਕਿਹੜੀ ਕਲਾਸ 'ਚ ਪੜ੍ਹਦੇ ਹੋ ਥਰਡ ਕਲਾਸ 'ਚ ਤੁਸੀਂ ਇੱਕ ਫਿਲਮ 'ਚ ਵੀ ਕੰਮ ਕੀਤਾ ਸੀ ਕਿਹੜੀ ਫਿਲਮ ਜੀ ਮਟਰੂ ਹੈ ਮਟਰੂ ਇੱਕ ਸ਼ਾਰਟ ਫਿਲਮ ਆਈ ਸੀ ਜੀ ਮਟਰੂ ਇਹਨੇ ਮਟਰੂ ਦਾ ਰੋਲ ਕੀਤਾ ਸੀ ਬੜਾ ਪਿਆਰਾ ਜਿਹਾ ਐਕਟਰ ਹੈ ਜੀ ਇਹ ਸਕੂਲ ਦਾ ਸੋ ਹੁਣ ਕੀ ਕਰਕੇ ਦਿਖਾਓਗੇ ਭੰਗੜਾ ਕਿਹੜੇ ਗਾਣੇ 'ਤੇ ਚੰਚਾ ਹੈ ਗੱਬਰੂ ਵੀ ਪਾਣ ਪਾਣ ਗੜੇ ਲੱਗ ਕੇ ਕਹਿੰਦੇ ਆ ਉਸਕੇ ਅੱਛਾ ਓਕੇ ਜੀ ਦੇਖਦੇ ਆ ਬੱਚੇ ਦਾ ਭੰਗੜਾ ਭੰਗੜਾ ਬਹੁਤ ਸੋਹਣਾ ਪਾਇਆ ਜੀ ਇਹਨਾਂ ਨੂੰ ਮਿਲਦਾ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਹਾਂਜੀ ਲੈ ਕੇ ਆਓ ਜੀ ਗਿਫਟ ਹੈਲੋ ਬੇਟਾ ਥੈਂਕ ਯੂ ਥੈਂਕ ਯੂ ਬਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਰਕੇ ਦਿਖਾਓਗੇ ਮਲਵਈ ਕਿੱਦਾਂ ਮਲਵਈ ਕਿੱਦਾਂ ਇਹਨੂੰ ਕੀ ਕਹਿੰਦੇ ਨੇ ਇਹਨੂੰ ਕਾਟੋ ਕਾਟੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹ ਭੁੱਲ ਜਗਾ ਨਹੀਂ
ਕੀ ਨਾਮ ਹੈ? ਅੰਸ਼ ਜੀ। ਕਿੱਥੋਂ ਆਉਣੇ ਹੋ? ਅਸੀਂ ਗਾਗੇ ਤੋਂ ਜੀ। ਅਸੀਂ ਗਾਗਾ, ਅਸੀਂ ਗਾਗਾ ਇੱਥੇ ਨੇੜੇ ਪਿੰਡ ਪੈਂਦੇ ਜੀ। ਅਸੀਂ ਗਾਗਾ ਨਾ ਜੀ, ਗਾਗਾ ਕੱਲਾ। ਗਾਗਾ ਕੱਲਾ ਇਹਨੂੰ ਕੀ ਕਹਿੰਦੇ ਨੇ? ਇਹਨੂੰ ਸੱਪ ਕਹਿੰਦੇ ਨੇ। ਸੱਪ ਕਹਿੰਦੇ ਨੇ। ਸੋ ਇਹ ਇੰਸਟਰੂਮੈਂਟ ਜਿਹੜੀ ਜੀ ਇਹ ਫੋਕ ਆਰਕੈਸਟਰਾ ਦੇ ਜੀ ਸਰ ਦੇਖ ਲੈ। ਮਲਵਈ ਕਿਤੇ ਦੇ? ਮਲਵਈ ਕਿਤੇ ਦੇ? ਇਹ ਮਲਵਈ ਕਿਤੇ ਦੇ ਇੰਸਟਰੂਮੈਂਟ ਨੇ ਜੀ। ਕਿੰਨੇ ਜਾਣੇ ਹੋ? ਅਸੀਂ 6 ਜਾਣੇ ਜੀ। 6 ਜਾਣੇ ਨੇ, ਆ ਜਾਓ ਵੀਰੇ। ਸੋ ਦੇਖਦੇ ਜੀ ਆਪਾਂ ਮਲਵਈ ਗਿੱਧਾ ਗਿੱਧਾ ਕੇ ਪਾਵਾਂ ਬੋਲੀ ਉਹ ਗੁਰੂ ਧਿਆ ਕੇ ਪਾਵਾਂ ਬੋਲੀ ਸਭ ਨੂੰ ਫਤਿਹ ਬੁਲਾਵਾਂ ਬਈ ਦੇਵੀ ਮਾਂ ਦੀ ਦਇਆ ਕੜਾਹੀ ਉਹ ਦੇਵੀ ਮਾਂ ਦੀ ਦਇਆ ਕੜਾਹੀ ਰਤੀ ਫਰਕ ਨਾ ਪਾਵਾਂ ਬਈ ਹਜ਼ਰ ਸ਼ੇਖ ਦਾ ਦੇਵਾਂ ਬੱਕਰਾ ਉਹ ਹਜ਼ਰ ਸ਼ੇਖ ਦਾ ਦੇਵਾਂ ਬੱਕਰਾ ਪੀਰ ਫਕੀਰ ਤੇ ਆਵਾਂ ਕੰਨ ਤੇ ਹੱਥ ਧਰ ਕੇ ਕਿਣਕ ਬੋਲੀਆਂ ਪਾਵਾਂ ਕੰਨ ਤੇ ਲੋਕ ਬੋਲੀਆਂ ਪਾਵਾਂ ਕੰਨ ਤੇ ਹੱਥ ਧਰ ਕੇ ਬਾਬਾ ਉਹ ਸ਼ਾਵਾ ਬਾਬਾ ਉਹ ਬੱਲੇ ਬਾਬਾ ਉਹ ਸ਼ਾਵਾ ਬਾਬਾ ਉਧਮ ਸਿੰਘ ਦੀ ਗੱਲ ਸੁਣਾਵਾਂ ਕੁੱਲ ਦੁਨੀਆ ਦੇ ਕੋਲੇ ਬਈ ਕੁੰਡੀਆਂ ਮੁੱਚਾ ਗੋਰਾ ਚਿਹਰਾ ਹੋ ਕੁੰਡੀਆਂ ਮੁੱਚਾ ਗੋਰਾ ਚਿਹਰਾ ਅੱਖਾਂ ਅੱਗ ਦੇ ਗੋਲੇ ਬਈ ਅਸੈਂਬਲੀ ਯਾਰਡ ਚ ਦਾਖਲ ਹੋ ਗਿਆ ਹੋ ਅਸੈਂਬਲੀ ਯਾਰਡ ਚ ਦਾਖਲ ਹੋ ਗਿਆ ਅਸਲਾ ਸ਼ੇਰ ਦੇ ਕੋਲੇ ਬਈ ਬਿੰਨ ਡੈਰ ਦੇ ਮਾਰੀ ਗੋਲੀ ਆ ਹੋ ਬਿੰਨ ਡੈਰ ਦੇ ਮਾਰੀ ਗੋਲੀ ਖਾ ਗਿਆ ਡਿੱਗ ਡਗੋਲੇ ਬਈ ਕਰਨਲ ਜਰਨਲ ਭੱਜ ਗਏ ਸਾਰੇ ਓ ਕਰਨਲ ਜਰਨਲ ਭੱਜ ਗਏ ਸਾਰੇ ਲੁਕ ਗਏ ਕੁਰਸੀਆਂ ਓ ਲੈ ਲਾ ਲੋ ਹੱਥਕੜੀਆਂ ਸ਼ੇਰ ਪੰਜਾਬੀ ਬੋਲੇ ਲਾ ਲੋ ਹੱਥਕੜੀਆਂ ਸ਼ੇਰ ਪੰਜਾਬੀ ਬੋਲੇ ਲਾ ਲੋ ਹੱਥਕੜੀਆਂ ਸ਼ੇਰ ਪੰਜਾਬੀ ਬੋਲੇ ਲਾ ਲੋ ਹੱਥਕੜੀਆਂ ਕਲਯੁਗ ਦਾ ਆ ਗਿਆ ਜ਼ਮਾਨਾ ਹੋ ਕਲਯੁਗ ਦਾ ਆ ਗਿਆ ਜ਼ਮਾਨਾ ਹੋ ਗਈ ਖੇਡ ਨਿਆਰੀ ਬਈ ਜੰਮਣਾ ਮਰਨਾ ਹੱਥ ਦਾ ਦੇ ਦੇ ਸਹੀ ਗੱਲ ਓ ਜੰਮਣਾ ਮਰਨਾ ਹੱਥ ਦਾ ਦੇ ਦੇ ਚੁੱਕੀ ਫਿਰ ਨਕਟਾਰੀ ਬਈ ਡਾਕਟਰ ਕੇ ਸਕੈਨਿੰਗ ਦੱਸਦੀ ਓ ਡਾਕਟਰ ਕੇ ਸਕੈਨਿੰਗ ਦੱਸਦੀ ਇਹ ਤਾਂ ਕਰਮਾ ਮਾਰੀ ਬਈ ਜਨਮ ਲੈਣ ਤੋਂ ਪਹਿਲਾਂ ਹੀ ਕਿਉਂ ਓ ਜਨਮ ਲੈਣ ਤੋਂ ਪਹਿਲਾਂ ਹੀ ਕਿਉਂ ਮਾਰੀ ਜਾਵੇ ਵਿਚਾਰੀ ਅੱਜ ਦੀਆਂ ਕੁੜੀਆਂ ਦੀ ਦੁਨੀਆਂ ਤੇ ਸਰਦਾਰੀ ਅੱਜ ਦੀਆਂ ਕੁੜੀਆਂ ਦੀ ਦੁਨੀਆਂ ਤੇ ਸਰਦਾਰੀ ਅੱਜ ਦੀਆਂ ਕੁੜੀਆਂ ਦੀ ਦੁਨੀਆਂ ਤੇ ਸਰਦਾਰੀ ਓ ਸ਼ਾਬਾ ਬਾਬਾ ਓ ਬੱਲੇ ਬਾਬਾ ਓ ਸ਼ਾਬਾ ਬਾਬਾ ਹੋ ਵਿੱਚ ਸ਼੍ਰੀ ਮੇਣਾ ਬਈ ਧੀ ਭੈਣ ਦਾ ਦੇਣਾ ਮੇਣਾ ਰੱਖੀਏ ਪਤ ਵਿੱਚ ਆ ਕੇ ਬਈ ਸੱਥ ਵਿੱਚ ਬਹਿ ਕੇ ਗਾਲ ਨਾ ਕੱਢੀਏ ਬੱਲੇ ਬਈ ਸੱਥ ਵਿੱਚ ਬਹਿ ਕੇ ਗਾਲ ਨਾ ਕੱਢੀਏ ਨਾ ਕਰੀਏ ਗੱਲ ਲਾ ਕੇ ਗੱਲਾਂ ਕੰਮ ਦੀਆਂ ਸੁਣ ਮਿੱਤਰਾ ਕੰਨ ਲਾ ਕੇ ਗੱਲਾਂ ਕੰਮ ਦੀਆਂ ਸੁਣ ਮਿੱਤਰਾ ਜਿੱਤ ਲਾ ਕੇ ਗੱਲਾਂ ਕੰਮ ਦੀਆਂ ਸੁਣ ਮਿੱਤਰਾ ਜਿੱਤ ਲਾ ਕੇ ਸੁਣ ਮਿੱਤਰਾ ਕੰਨ ਲਾ ਕੇ ਛੱਡ ਕੇ ਚਾਦਰੇ ਯੰਕੀ ਜੀਨਾ ਪਾਉਂਦੇ ਬਈ ਛੱਡ ਕੇ ਨੇ ਇਹ ਦੁੱਧ ਕਿਉਂ ਪੀਣਾ ਛੱਡ ਕੇ ਇਹ ਦੁੱਧ ਕਿਉਂ ਪੀਣਾ ਆਧੀਆ ਮੂਨੂ ਲਾਉਂਦੇ ਬਈ ਛੱਡ ਕੇ ਜੁਗਣੀ ਮਾਈਏ ਟੱਪੇ ਛੱਡ ਕੇ ਜੁਗਣੀ ਮਾਈਏ ਟੱਪੇ ਇੱਕੋ ਹੀ ਰਟ ਲਾਉਂਦੇ ਮੁੰਡੇ ਸੀ ਬਾਦੇ ਡਿਸਕੋ ਤੂਤੀਆਂ ਲਾਉਂਦੇ ਮੁੰਡੇ ਸੀ ਬਾਦੇ ਡਿਸਕੋ ਤੂਤੀਆਂ ਲਾਉਂਦੇ ਮੁੰਡੇ ਸੀ ਬਾਦੇ
ਪਾਈਏ ਬਸ ਕਰੋ ਬੇ ਮੁੰਡਿਓ ਹੁਣ ਭੋਗ ਦੇ ਦਾ ਪਾਈਏ ਬਸ ਕਰੋ ਬੇ ਮੁੰਡਿਓ ਭੋਗ ਕਿਦੇ ਦਾ ਪਾਈਏ ਬਸ ਕਰੋ ਬੇ ਮੁੰਡਿਓ ਭੋਗ ਕਿਦੇ ਦਾ ਪਾਈਏ ਬਸ ਕਰੋ ਬੇ ਮੁੰਡਿਓ ਭੋਗ ਕਿਦੇ ਦਾ ਪਾਈਏ ਬਸ ਕਰੋ ਬੇ ਮੁੰਡਿਓ ਹੁਣ ਭੋਗ ਕਿਦੇ ਦਾ ਪਾਈਏ ਮਲਵਈ ਗਿੱਧਾ ਸੋ ਇਹ ਕਦੇ ਛੱਡਣਾ ਨੀ ਕਲਚਰ ਹੈ ਆਪਣਾ ਇਹ ਸੋ ਇਹਨੂੰ ਕਦੇ ਭੁੱਲਣਾ ਨੀ ਆਪਾਂ ਨੇ ਠੀਕ ਹੈ ਕਦੇ ਨੀ ਪੱਕੀ ਗੱਲ ਹੈ ਮੈਂ ਤੁਹਾਡੇ ਨਾਲ ਹਾਂ ਜਿੱਦੇ ਲੋੜ ਪਵੇ ਮੈਨੂੰ ਦੱਸ ਦਿਓ ਕਿਸੇ ਚੀਜ਼ ਦੀ ਓਕੇ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਓਕੇ ਬਾਏ ਬਾਏ ਬਾਈ ਥੈਂਕ ਯੂ ਵੀਰੇ ਥੈਂਕ ਯੂ ਕੀ ਨਾਮ ਹੈ ਸੁਪ੍ਰੀਤ ਸਿੰਘ ਸੁਪ੍ਰੀਤ ਸਿੰਘ ਸੋ ਇਹ ਬੱਚੇ ਦੀ ਬੜੀ ਡਿਮਾਂਡ ਹੋ ਰਹੀ ਸੀ ਕਹਿੰਦੇ ਇਹ ਬੱਚੇ ਨਾਲ ਗੱਲਬਾਤ ਕਰੋ ਪਤਾ ਨਹੀਂ ਕੀ ਖਾਸ ਗੱਲ ਆ ਉਹ ਦੱਸਦੇ ਆ ਕੀ ਕਰਕੇ ਦਿਖਾਓਗੇ ਤੁਸੀਂ ਗਰੁੱਪ ਸੌਂਗ ਗਰੁੱਪ ਸੌਂਗ ਕਿੰਨੇ ਮੈਂਬਰ ਹੋ ਟੀਮ 'ਚ ਐਂ ਤਾਂ ਗਿਣੇ ਨਹੀਂ ਚਲੋ ਅੱਛਾ ਬੁਲਾ ਲਈਏ ਹਾਂਜੀ ਆ ਜਾਓ ਜੀ ਮੁੰਡੇ ਕੁੜੀਆਂ ਦੀ ਮਤ ਮਾਰੀ ਕੁੜੀਆਂ ਦੀ ਮਤ ਮਾਰੀ ਆਰੀ ਆਰੀ ਬੈਗੇ ਲਾ ਕੇ ਰੋਗਾਂ ਨਾਲ ਯਾਰੀ ਪੱਟੀ ਵਾਲੇ ਦਾਣੇ ਭੁੱਲ ਗਏ ਦਾਣੇ ਭੁੱਲ ਗਏ ਅੱਜ ਕੱਲ ਦੇ ਬਾਲ ਨਿਆਣੇ ਅੱਜ ਕੱਲ ਦੇ ਬਾਲ ਨਿਆਣੇ ਦਾਣੇ ਬਈ ਦਾਣੇ ਪਏ ਉਲਝੇ ਤਾਣੇ ਬਾਣੇ ਡੰਡੀਆਂ ਡੰਡੀਆਂ ਗੋਤੇ ਮਾਰ ਗਈਆਂ ਸੱਜਣਾ ਓਏ ਬੰਬੀਆਂ ਗੋਤੇ ਮਾਰ ਗਈਆਂ ਸੱਜਣਾ ਓਏ ਬੰਬੀਆਂ ਧਰਤੀ ਦੇ ਰੁੱਖ ਖਾ ਗਿਓ ਰੁੱਖ ਖਾ ਗਿਓ ਮੈਂ ਕਿੱਥੋਂ ਆਉਣਾ ਹਵਾਵਾਂ ਠੰਡੀਆਂ ਡੰਡੀਆਂ ਓਏ ਡੰਡੀਆਂ ਡੰਡੀਆਂ ਬਈ ਡੰਡੀਆਂ ਗੋਤੇ ਮਾਰ ਗਈਆਂ ਸੱਜਣਾ ਓਏ ਬੰਬੀਆਂ ਮਾਰ ਗਈਆਂ ਸੱਜਣਾ ਓਏ ਬੰਬੀਆਂ ਅਸੀਂ ਹਰੇ ਹਾਂ ਅਸੀਂ ਪਰੇ ਹਾਂ ਨਾ ਸਾਡਾ ਹਰਿਆਲੀ ਓਏ ਦਗਦਾ ਕਰਦੇ ਮੁਕੜੇ ਸਾਡੇ ਉਹ ਦਗਦਾ ਕਰਦੇ ਮੁਕੜੇ ਸਾਡੇ ਜਿਉਂ ਸੂਰਜ ਦੀ ਲਾਲੀ ਸੋਹਣਾ ਬਾਗ ਪੰਜਾਬ ਹੈ ਸਾਡਾ ਅਸੀਂ ਹਾਂ ਉਸਦੇ ਮਾਲੀ ਚਾਹੁੰਦੇ ਹਾਂ ਖੁਸ਼ਹਾਲੀ ਆਸ਼ਕ ਜ਼ਿੰਦਗੀ ਦੇ ਚਾਹੁੰਦੇ ਹਾਂ ਖੁਸ਼ਹਾਲੀ ਆਸ਼ਕ ਜ਼ਿੰਦਗੀ ਦੇ ਚਾਹੁੰਦੇ ਹਾਂ ਖੁਸ਼ਹਾਲੀ ਆਸ਼ਕ ਜ਼ਿੰਦਗੀ ਦੇ ਸੋਹਣਾ ਖਾਓ ਸੋਹਣਿਓ ਸੋਹਣਾ ਪੀਓ ਸੋਹਣਿਓ ਸੋਹਣਾ ਖਾਓ ਸੋਹਣਿਓ ਸੋਹਣਾ ਪੀਓ ਸੋਹਣਿਓ ਤੁਸੀਂ ਜ਼ਿੰਦਗੀ ਅਣਖ ਵਾਲੀ ਜੀਓ ਸੋਹਣਿਓ ਤੁਸੀਂ ਜ਼ਿੰਦਗੀ ਅਣਖ ਨਾਲ ਜੀਓ ਤੁਸੀਂ ਜ਼ਿੰਦਗੀ ਅਣਖ ਨਾਲ ਜੀਓ ਸੋਹਣਿਓ ਸੋ ਗਰੁੱਪ ਸੌਂਗ ਇਹਨਾਂ ਦਾ ਬਹੁਤ ਵਧੀਆ ਸੀਗਾ ਸੋ ਬੜੇ ਪਿਆਰੀਆਂ ਪਿਆਰੀਆਂ ਆਵਾਜ਼ਾਂ ਤੁਹਾਡੀਆਂ ਬੇਟੇ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਦਿਆਂ ਨੂੰ ਸਰ ਹਜੇ ਤਾਂ ਜੀ ਪਰਸੋਂ ਸ਼ੁਰੂ ਕਰੀਏ ਅਜੇ ਜੀ ਪਰਸੋਂ ਸ਼ੁਰੂ ਕੀਤਾ ਜੀ ਪਰ ਫਿਰ ਵੀ ਇਹਨਾਂ ਦਾ ਗਰੁੱਪ ਸੌਂਗ ਬਹੁਤ ਸੋਹਣਾ ਸੀ ਬਹੁਤ ਵਧੀਆ ਗਾਇਆ ਸਾਰਿਆਂ ਨੇ ਠੀਕ ਹੈ ਵੀਰੇ ਓਕੇ ਥੈਂਕ ਯੂ ਜ਼ੋਰਦਾਰ ਤਾੜੀਆਂ ਦਾ ਬੱਚਿਆਂ ਲਈ ਥੈਂਕ ਯੂ ਵੀਰੇ ਥੈਂਕ ਯੂ ਆ ਜਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਜੀ ਤੁਸੀਂ ਕਿਤੇ ਨਹੀਂ ਜਾਣਾ ਨਜ਼ਾਰਾ ਪੂਰਾ ਲਵਾਂਗੇ ਅੱਗੇ ਵੀ ਪਰ ਵਕਤ ਹੈ ਛੋਟੀ ਜਿਹੀ ਬ੍ਰੇਕ ਦਾ ਲੈ ਲਈਏ
ਮਿਲਦੇ ਇੱਕ ਛੋਟੀ ਜੀ। ਚਲੋ ਜੀ ਬੱਚਿਆਂ ਨਾਲ ਗੱਲਾਂਬਾਤਾਂ ਬਹੁਤ ਹੋ ਗਈਆਂ, ਹੁਣ ਆਪਾਂ ਟੀਚਰਸ ਨਾਲ ਗੱਲਬਾਤ ਕਰਦੇ ਹਾਂ। ਸੋ ਟੀਚਰਸ ਬੜੇ ਸੋਹਣੇ ਲੱਗ ਰਹੇ ਨੇ, ਬੜੇ ਪਿਆਰੇ ਲੱਗ ਰਹੇ, ਸਾਰਿਆਂ ਨੇ ਇੱਕੋ ਜਿਹੀਆਂ ਡਰੈੱਸਾਂ ਨੇ। ਸੋ ਬੇਟਾ ਟੀਚਰਸ ਲਈ ਜ਼ੋਰਦਾਰ ਤਾੜੀਆਂ। ਸੋ ਬਹੁਤ ਘੱਟ ਸਕੂਲ ਹੁੰਦੇ ਨੇ ਜਿੱਥੇ ਸਾਨੂੰ ਇਸ ਤਰੀਕੇ ਦੇ ਟੀਚਰਸ ਮਿਲਦੇ ਨੇ, ਇੱਕੋ ਜਿਹੀਆਂ ਡਰੈੱਸਾਂ ਹਨ। ਇਸ ਤੋਂ ਬਾਅਦ ਆਪਾਂ ਮੈਮ ਜੀ ਨਾਲ ਗੱਲਬਾਤ ਕਰਦੇ ਹਾਂ। ਮੈਮ ਆਇਓ ਜੀ ਪਲੀਜ਼। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਮੈਮ ਸਕੂਲ ਬਾਰੇ, ਇਹ ਵਾਈਸ ਪ੍ਰਿੰਸੀਪਲ ਮੈਮ ਇਹ ਸਾਨੂੰ ਸਕੂਲ ਬਾਰੇ ਦੱਸਣਗੇ ਜੀ। ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਤੁਸੀਂ ਵੀ ਸਾਡੇ ਸਕੂਲ ਦੇ ਵਿੱਚ ਆਏ ਹੋ। ਪੂਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਹੈ ਤੇ ਤੁਸੀਂ HMM ਜਿਹੜੀ ਤੁਹਾਡੀ ਟੀਮ ਹੈ, ਹਾਂਜੀ HMM ਦੀ ਟੀਮ ਸਾਡੇ ਸਕੂਲ ਦੇ ਵਿੱਚ ਆਈ ਹੈ, ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਮੈਮ, ਥੈਂਕ ਯੂ, ਥੈਂਕ ਯੂ, ਬਹੁਤ ਸੋਹਣੀ ਗੱਲਬਾਤ। ਥੈਂਕ ਯੂ ਮੈਮ, ਥੈਂਕ ਯੂ ਜੀ। ਆਪ ਆਈਏ ਜੀ। ਮੈਂ ਕਿਉਂ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਜੀ? ਚਲੋ ਕੀ ਕਰਕੇ ਦਿਖਾਉਂਗੇ ਜੀ? ਸਿੰਗਿੰਗ ਆਉਣ ਦੋ ਜੀ। ਕਿਆ ਬਾਤ ਹੈ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਮੈਮ। ਹਾਂਜੀ, ਇਸ ਤੋਂ ਬਾਅਦ ਆਈਏ ਜੀ, ਆਈਏ, ਆਈਏ ਮੈਮ, ਆਈਏ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਜੀ? ਗੁੱਡ ਆਫਟਰਨੂਨ ਟੂ ਆਲ। ਗੁੱਡ ਆਫਟਰਨੂਨ। ਹੋਰ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜੋ ਭਾਰਤ ਦੇ ਵਿੱਚ ਕੁੜੀਆਂ ਦਾ ਅਨੁਪਾਤ ਹੈ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ, ਬੋਆਇਜ਼ ਦੀ ਜਿਹੜੀ ਸੰਖਿਆ ਵੱਧਦੀ ਜਾ ਰਹੀ ਹੈ, ਅਤੇ ਉਸ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਨਾਲ ਮੈਂ ਇੱਕ ਛੋਟਾ ਜਿਹਾ ਸੌਂਗ ਸਾਂਝਾ ਕਰਨ ਜਾ ਰਹੀ ਹਾਂ। ਲੋਕੋ ਨਾਏ ਕਹਿਰ ਗਜਾਰੋ, ਤੀਆਂ ਕੁੱਖ ਦੇ ਵਿੱਚ ਨਾ ਮਾਰੋ, ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ, ਪੁੱਤ ਬਣਾਉਣ ਜ਼ਮੀਨਾਂ ਤੀਆਂ ਦੁੱਖ ਬਣਾਉਂਦੀਆਂ ਨੇ, ਪੁੱਤ ਬਣਾਉਣ ਜ਼ਮੀਨਾਂ ਤੀਆਂ ਦੁੱਖ ਬਣਾਉਂਦੀਆਂ ਨੇ। ਸਰ ਮੈਂ ਪਹਿਲਾਂ ਤੁਹਾਡੇ ਆਉਣ 'ਤੇ, ਤੁਸੀਂ ਸਕੂਲ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ, ਤੁਸੀਂ ਸਕੂਲ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ, ਸਾਡੇ ਸਕੂਲ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ, ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਬੋਲੀ ਪਾਵਾਂਗੇ? ਹਾਂਜੀ, ਪਾਓ ਪਾਓ। ਨੀ ਕੁੜੀਓ ਮੈਨੂੰ ਗਰਮੀ ਲੱਗਦੀ, ਨੀ ਕੁੜੀਓ ਮੈਨੂੰ ਗਰਮੀ ਲੱਗਦੀ, ਕਿਸ ਨੂੰ ਹਾਲ ਸੁਣਾਵਾਂ ਬਈ, ਕੋਲ ਕੋਲ ਕੇ ਪੀਵਾਂ ਸ਼ਰਬਤ, ਕੋਲ ਕੋਲ ਕੇ ਪੀਵਾਂ ਸ਼ਰਬਤ, ਸ਼ਹਿਰੋਂ ਨਿੰਬੂ ਮੰਗਾਵਾਂ ਨੀ ਮੋਰਾਂ ਵਾਲੀ ਪੱਖੀ ਦੀ, ਚੱਲ ਚੱਲ ਰੇ ਲੁਬਣਾਵਾਂ ਨੀ ਮੋਰਾਂ ਵਾਲੀ ਪੱਖੀ ਦੀ, ਚੱਲ ਚੱਲ ਰੇ ਲੁਬਣਾਵਾਂ ਨੀ ਮੋਰਾਂ ਵਾਲੀ ਪੱਖੀ ਦੀ, ਚੱਲ ਚੱਲ ਰੇ ਲੁਬਣਾਵਾਂ ਨੀ ਮੋਰਾਂ ਵਾਲੀ ਪੱਖੀ ਦੀ। ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ, ਮੁੰਡੇ ਜੰਮੇ ਚਾਰ, ਸੱਸ ਮੇਰੀ ਨੇ ਮੁੰਡੇ ਜੰਮੇ, ਮੁੰਡੇ ਜੰਮੇ ਚਾਰ, ਜਦੋਂ ਕਿਤੇ ਆਉਂਦੇ ਜਾਂਦੇ ਸਿਰ ਤੇ ਬੰਨੇ ਰੁਮਾਲ, ਭੈਣ ਜੀ ਕੰਪਨੀ ਦਾ ਮਾਲ, ਭੈਣ ਜੀ ਭੈਣ ਜੀ ਕੰਪਨੀ ਦਾ ਮਾਲ, ਭੈਣ ਜੀ ਕੰਪਨੀ ਦਾ ਮਾਲ। ਸਾਡੇ ਗਿੱਧੇਲੀ ਮੈਡਮ ਦਾ ਹੋਣਾ ਬਹੁਤ ਜ਼ਰੂਰੀ। ਤਾੜੀਆਂ ਆਓ ਜੀ। ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣ ਦੀ, ਮੁੰਗੇ ਦੀ ਮੰਡੀ ਤੇ ਆਵਾਂ ਵੇ ਜੁੰਡੇ, ਤੈਨੂੰ ਮੁੰਗੇ ਦੀ ਮੰਡੀ ਤੇ ਆ, ਤੇਰੀ ਮੇਰੀ ਜੋੜੀ ਜਿਵੇਂ ਰੱਬ ਨੇ। ਆਓ ਜਾਓ, ਆਓ ਨਾ ਭਾਈ, ਆਈਏ ਸਰ, ਆਈਏ, ਆਈਏ, ਆਈਏ। ਤੇਰੀ ਪਾਈ ਐ ਜੀਵੇ ਉਹ ਬਚੋਲਾ ਜੀ ਨੇ ਦੱਸ, ਤੇਰੀ ਪਾਈ ਐ ਜੀਵੇ ਉਹ ਬਚੋਲਾ ਜੀ ਨੇ, ਤੇਰੀ ਮੇਰੀ ਜੋੜੀ ਜੀ ਮੈਂ ਦੁੱਧ ਤੇ ਮਲਾਈ ਐ, ਤੇਰੀ ਮੇਰੀ ਜੋੜੀ ਜੀ ਮੈਂ ਦੁੱਧ ਤੇ ਮਲਾਈ ਐ, ਜੀਵੇ ਉਹ ਬਚੋਲਾ ਜੀ ਨੇ ਦੱਸ, ਤੇਰੀ ਪਾਈ ਐ ਜੀਵੇ ਉਹ ਬਚੋਲਾ ਜੀ ਨੇ। ਪਰਦਾਰ ਤਾੜੀਆਂ ਮੈਡਮ ਜੀ, ਬੋਲੀਆਂ ਤੇ ਬੋਲੀਆਂ, ਠਾ ਬੋਲੀਆਂ, ਵਾਹ ਜੀ ਵਾਹ। ਸੋ ਸਾਡੇ ਨਾਲ ਹੁਣ ਸਕੂਲ ਦੇ ਪ੍ਰਿੰਸੀਪਲ ਸਰ, MD ਸਰ, ਸਭ ਕੁਛ ਕਰਤਾ ਧਰਤਾ,
ਸਾਰੇ ਬੱਚਿਆਂ ਦੀ ਕੇਅਰ ਕਰਨ ਵਾਲੇ, ਸਾਰੇ ਬੱਚਿਆਂ ਨੂੰ ਕੁਛ ਨਾ ਕੁਛ ਸਿਖਾਉਣ ਵਾਲੇ। ਸੋ ਸਾਡੇ ਏਰੀਏ ਦੇ ਵਿੱਚ ਸੀਬਾ ਸਕੂਲ ਦੀ ਇੰਨੀ ਕੁ ਚੜ੍ਹਾਈ ਹੈ, ਕਿਉਂਕਿ ਜਿਹੜੇ ਪ੍ਰਿੰਸੀਪਲ ਸਰ ਨੇ ਇਹ ਬੱਚਿਆਂ ਨੂੰ ਆਪ ਵੀ ਛੱਡ ਕੇ ਆਉਂਦੇ ਨੇ ਘਰ ਘਰ ਤੱਕ। ਸਹੀ ਗੱਲ ਹੈ ਜੀ, ਮਤਲਬ ਬੱਚਿਆਂ ਦੀ ਇੰਨੀ ਕੁ ਕੇਅਰ ਕੀਤੀ ਜਾਂਦੀ ਹੈ ਸਕੂਲ ਦੇ ਵਿੱਚ। ਬਾਕੀ ਹੁਣ ਸਰ ਜੀ ਦੱਸਣਗੇ, ਆ ਲਿਓ ਜੀ ਮਾਈਕ। ਹਾਂਜੀ ਸਰ, ਪਹਿਲਾਂ ਤਾਂ MH1 ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਾਡੇ ਸਕੂਲ ਦੇ ਵਿਹੜੇ ਵਿੱਚ ਆਏ ਨੇ ਅਤੇ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਹੈ ਅੱਜ ਆਪਣਾ ਟੈਲੈਂਟ ਸ਼ੋਅ ਕਰਨ ਦਾ, ਆਪਣੇ ਅੰਦਰ ਜਿਹੜਾ ਛੁਪਿਆ ਹੋਇਆ। ਅਤੇ ਸੀਬਾ ਸਕੂਲ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਹਰ ਬੱਚੇ ਲਈ ਖੇਡਣਾ ਜ਼ਰੂਰੀ ਹੈ, ਹਰ ਬੱਚੇ ਲਈ ਹੱਸਣਾ ਜ਼ਰੂਰੀ ਹੈ, ਹਰ ਬੱਚੇ ਲਈ ਪਰਫੋਰਮ ਕਰਨਾ ਜ਼ਰੂਰੀ ਹੈ। ਅਤੇ ਮੈਂ ਸਮਝਦਾ ਕਿ ਜੇ ਬਚਪਨ ਦੇ ਵਿੱਚੋਂ ਬਚਪਨਾ ਕੱਢ ਦਿੱਤਾ ਜਾਵੇ ਤਾਂ ਬਚਪਨ ਵਿੱਚ ਕੁਛ ਨਹੀਂ ਬਚਦਾ। ਸੋ ਇਹ ਬਚਪਨਾ ਬਚਾ ਕੇ ਰੱਖਣ ਦੀ ਜਿਹੜੀ ਮਹਿਮ ਹੈ ਕਿ ਇਹ ਬੱਚੇ ਹੱਸਦੇ ਰਹਿਣ, ਖੇਡਦੇ ਰਹਿਣ, ਨਾਲ ਸਿੱਖਦੇ ਵੀ ਰਹਿਣ। ਸਿੱਖ ਇਹਨਾਂ ਨੇ ਜਾਣਾ ਹੀ ਹੈ, ਪਰ ਜੇ ਹੱਸਦੇ ਹੋਏ, ਖੇਡਦੇ ਹੋਏ, ਨੱਚਦੇ ਹੋਏ, ਗਾਉਂਦੇ ਹੋਏ ਸਿੱਖਣਗੇ ਤਾਂ ਵਧੀਆ ਤਰੀਕੇ ਨਾਲ ਸਿੱਖਣਗੇ ਅਤੇ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਲੈ ਕੇ ਵੀ ਜਾਣਗੇ। ਠੀਕ ਹੈ, ਹੁਣ ਕੋਈ ਗਾਣਾ ਜੀ, ਕੋਈ ਭੰਗੜਾ। ਇੰਟਰਨੈਸ਼ਨਲ ਸਕੂਲ ਲਹਿਰਾਗਾਗਾ, ਜੇਕਰ ਤੁਸੀਂ ਚਾਹੋ ਤੁਹਾਡੇ ਸਕੂਲ ਦੇ ਵਿੱਚ ਆਈਏ, ਗੱਲਾਂ ਬਾਤਾਂ ਕਰੀਏ, ਇੰਜੋਏ ਕਰੀਏ, ਤਾਂ ਸਾਨੂੰ ਮੈਸੇਜ ਕਰੋ, ਸਾਨੂੰ ਫੋਨ ਕਰੋ, ਪੂਰੇ ਰਾਊਂਡ ਲਾਵਾਂਗੇ। ਸੋ ਹਰ ਸ਼ੁੱਕਰਵਾਰ ਨੂੰ 8 ਵਜੇ ਅੱਧੀ ਛੁੱਟੀ ਸਾਰੀ ਦੇਖਣਾ ਨਾ ਭੁੱਲਿਓ, ਨਜ਼ਾਰੇ ਦੇਖੋ ਪਿੱਛੇ। ਉਹ ਜਿੱਤੇ ਭੱਜ ਲਾ।